ਕੋਈ ਅੰਦਰ ਕੁੱਤਾ ਬੰਦਾ ਕੋਈ ਨਾ ਅੰਦਰ ਵੜ ਸਕਦਾ ਮੈਂ ਕਹਿੰਦਾ ਸ਼ਹਿਰ ਆਪਾਂ ਇੱਕ ਗੇਟ ਇੱਕ ਬਣਾਉਣਾ 1.5 ਕਰੋੜ ਰੁਪਇਆ ਲਾ ਰਹੇ ਅਸੀਂ ਇਸ ਪਾਰਕ ਦੇ ਮੈਂ ਹੁਣੇ ਡੀਐਫਓ ਸਾਹਿਬ ਨੂੰ ਪੁੱਛਿਆ ਕਿੰਨਾ ਇਹਦਾ ਬਜਟ ਹੈ ਕਹਿੰਦੇ 1.5 ਕਰੋੜ ਰੁਪਇਆ ਦੇ ਕੋਈ ਅੰਦਰ स्कॉलरशिप घोटाले मामले तो लगातार विरोधियों के निशाने ते रहने वाले कैबिनेट मंत्री साधु सिंह धर्मसोत एक बार मुड़ तो विवादों के विच ने ते ए नवा जिहड़ा विवाद है उन्होंने खुद जन्म दिता है। इसका विवाद का सारा श्रेय उन्होंने सिर जाता है क्योंकि कैबिनेट मंत्री साधु सिंह धर्मसोत के वलों एक बयान दिता गया एक पार्क का उद्घाटन करने लगे उन्होंने ये बयान दिता कि इस पार्क के विच कोई कुत्ता या बंदा अंदर नहीं वड़न देंगे। मंत्री साहब नू लोग पूछ रहे हैं कि जेकर किसी व्यक्ति नू अंदर वड़न ही नहीं देना तो पार्क तुसी किस लिए बनवा रहे हो। एक बार तुहानू पहला साधु सिंह धर्मसोत का बयान सुना दे तो उस तों बाद दस दिया कि कित्थे किहड़े पार्क का उद्घाटन करन लग्या किन्ने बजट बारे दस्या साधु सिंह धर्मसोत ने सब कुछ दस दिया पर पहले एक बार उन्हां दा बयान सुन लो। कोई अंदर कुत्ता बंदा कोई ना अंदर वड़ सकदा मैं कहना शहर एक गेट एक बनाउणा मैं हुणे डीएफओ साहब नूं पुछिया किन्ना इहदा बजट है 1.5 करोड़ रुपया दे ਇਹਦੀ ਚੇਨ ਲਿੰਕ ਹੋਏਗੀ ਸਾਰੀ ਕੀ ਬਾਤ ਹੈ ਕੋਈ ਅੰਦਰ ਕੁੱਤਾ ਬੰਦਾ ਕੋਈ ਨਾ ਅੰਦਰ ਵੜ ਸਕਦਾ ਮੈਂ ਕਹਿੰਦਾ ਸਹਿਰ ਆਪਾਂ ਇੱਕ ਗੇਟ ਇੱਕ ਬਣਾਉਣਾ ਠੀਕ ਹੈ ਦੋ ਗੇਟ ਦੀ ਪਰਮਿਸ਼ਨ ਕਿੰਨੇ ਦਾ ਟਾਈਮ ਤੱਕ ਹੋ ਜੇਗਾ ਤਿਆਰੀ ਆਈ ਹੈ ਟਾਈਮ ਤਾਂ 1.5 ਕਰੋੜ ਰੁਪਇਆ ਲੱਗਣਾ ਤੁਸੀਂ ਦੱਸ ਦਿਓ ਕਿੰਨੀ ਗੇਟ ਬਣਾਉਣਾ 1.5 ਕਰੋੜ ਰੁਪਇਆ ਲਾ ਰਹੇ ਅਸੀਂ ਇਸ ਪਾਰਕ ਦੇ ਉਹ ਜੀਪੀ ਨੂੰ ਵੀ ਦੱਸਦਾ ਜੀਪੀ ਦੀ ਮੈਂ ਹੁਣੇ ਡੀਐਫਓ ਸਾਹਿਬ ਨੂੰ ਪੁੱਛਿਆ ਕਿੰਨਾ ਇਹਦਾ ਬਜਟ ਹੈ ਕਹਿੰਦੇ 1.5 ਕਰੋੜ ਰੁਪਇਆ ਦੇ ਬਹੁਤ ਧੰਨਵਾਦ ਤੁਹਾਡਾ ਇਹਦੀ ਚੇਨ ਲਿੰਕ ਹੋਏਗੀ ਸਾਰੀ ਕੀ ਬਾਤ ਹੈ ਕੋਈ ਅੰਦਰ ਕੁੱਤਾ ਬੰਦਾ ਕੋਈ ਨਾ ਅੰਦਰ ਵੜ ਸਕਦਾ ਮੈਂ ਕਹਿੰਦਾ ਸਹਿਰ ਆਪਾਂ ਇੱਕ ਗੇਟ ਇੱਕ ਬਣਾਉਣਾ ਠੀਕ ਹੈ ਦੋ ਗੇਟ ਦੀ ਪਰਮਿਸ਼ਨ ਕਿੰਨੇ ਦਾ ਟਾਈਮ ਤੱਕ ਹੋ ਜੇਗਾ ਤਿਆਰੀ ਆਈ ਹੈ ਟਾਈਮ ਤਾਂ 1.5 ਕਰੋੜ ਰੁਪਇਆ ਲੱਗਣਾ ਤੁਸੀਂ ਦੱਸ ਦਿਓ ਕਿੰਨੀ ਗੇਟ ਬਣਾਉਣਾ 1.5 ਕਰੋੜ ਰੁਪਇਆ ਲਾ ਰਹੇ ਅਸੀਂ ਇਸ ਪਾਰਕ ਦੇ ਉਹ ਜੀਪੀ ਨੂੰ ਵੀ ਦੱਸਦਾ ਜੀਪੀ ਦੀ ਮੈਂ ਹੁਣੇ ਡੀਐਫਓ ਸਾਹਿਬ ਨੂੰ ਪੁੱਛਿਆ ਕਿੰਨਾ ਇਹਦਾ ਬਜਟ ਹੈ ਕਹਿੰਦੇ 1.5 ਕਰੋੜ ਰੁਪਇਆ ਦੇ ਬਹੁਤ ਧੰਨਵਾਦ ਤੁਹਾਡਾ ਇਹਦੀ ਚੇਨ ਲਿੰਕ ਹੋਏਗੀ ਸਾਰੀ ਕੀ ਬਾਤ ਹੈ ਕੋਈ ਅੰਦਰ ਕੁੱਤਾ ਬੰਦਾ ਕੋਈ ਨਾ ਅੰਦਰ ਵੜ ਸਕਦਾ ਮੈਂ ਕਹਿੰਦਾ ਸਹਿਰ ਆਪਾਂ ਇੱਕ ਗੇਟ ਇੱਕ ਬਣਾਉਣਾ ਠੀਕ ਹੈ ਦੋ ਗੇਟ ਦੀ ਪਰਮਿਸ਼ਨ ਕਿੰਨੇ ਦਾ ਟਾਈਮ ਤੱਕ ਹੋ ਜੇਗਾ ਤਿਆਰੀ ਆਈ ਹੈ ਟਾਈਮ ਤਾਂ 1.5 ਕਰੋੜ ਰੁਪਇਆ ਲੱਗਣਾ ਤੁਸੀਂ ਦੱਸ ਦਿਓ ਕਿੰਨੀ ਗੇਟ ਬਣਾਉਣਾ 1.5 ਕਰੋੜ ਰੁਪਇਆ ਲਾ ਰਹੇ ਅਸੀਂ ਇਸ ਪਾਰਕ ਦੇ ਉਹ ਜੀਪੀ ਨੂੰ ਵੀ ਦੱਸਦਾ ਜੀਪੀ ਦੀ ਮੈਂ ਹੁਣੇ ਡੀਐਫਓ ਸਾਹਿਬ ਨੂੰ ਪੁੱਛਿਆ ਕਿੰਨਾ ਇਹਦਾ ਬਜਟ ਹੈ ਕਹਿੰਦੇ 1.5 ਕਰੋੜ ਰੁਪਇਆ ਦੇ ਬਹੁਤ ਧੰਨਵਾਦ ਤੁਹਾਡਾ ਇਹਦੀ ਚੇਨ ਲਿੰਕ ਹੋਏਗੀ ਸਾਰੀ ਕੀ ਬਾਤ ਹੈ ਕੋਈ ਅੰਦਰ ਕੁੱਤਾ ਬੰਦਾ ਕੋਈ ਨਾ ਅੰਦਰ ਵੜ ਸਕਦਾ ਮੈਂ ਕਹਿੰਦਾ ਸਹਿਰ ਆਪਾਂ ਇੱਕ ਗੇਟ ਇੱਕ ਬਣਾਉਣਾ ਠੀਕ ਹੈ ਦੋ ਗੇਟ ਦੀ ਪਰਮਿਸ਼ਨ ਕਿੰਨੇ ਦਾ ਟਾਈਮ ਤੱਕ ਹੋ ਜੇਗਾ ਤਿਆਰੀ ਆਈ ਹੈ ਟਾਈਮ ਤਾਂ 1.5 ਕਰੋੜ ਰੁਪਇਆ ਲੱਗਣਾ ਤੁਸੀਂ ਦੱਸ ਦਿਓ ਕਿੰਨੀ ਗੇਟ ਬਣਾਉਣਾ 1.5 ਕਰੋੜ ਰੁਪਇਆ ਲਾ ਥਾਣਾ ਦੇ ਵਾਰਡ ਨੰਬਰ 15 ਦੇ ਵਿੱਚ ਪ੍ਰਾਚੀਨ ਸ਼੍ਰੀ ਰਾਮ ਮੰਦਿਰ ਨੇੜੇ ਸਥਿਤ ਟੋਬੇ ਦੇ ਆਲੇ ਦੁਆਲੇ ਦੇ ਖੇਤਰ ਨੂੰ ਕਰੀਬ 1.5 ਕਰੋੜ ਰੁਪਏ ਦੇ ਲਾਗਤ ਦੇ ਨਾਲ ਮਿੰਨੀ ਵੈਟਲੈਂਡ ਪਾਰਕ ਦੇ ਵਜੋਂ ਵਿਕਸਿਤ ਕੀਤਾ ਜਾਣਾ ਹੈ ਇਹ ਸਭ ਕੁਝ ਸਾਧੂ ਸਿੰਘ ਧਰਮਸੋਤ ਮੰਤਰੀ ਕਹਿ ਰਹੇ ਨੇ ਕਿ 1.5 ਕਰੋੜ ਰੁਪਏ ਦੀ ਲਾਗਤ ਲੱਗਣੀ ਹੈ ਇਸ ਪਾਰਕ ਨੂੰ ਬਣਾਉਣ ਦੇ ਵਿੱਚ ਜੋ ਕਿ ਸ਼੍ਰੀ ਰਾਮ ਮੰਦਿਰ ਨੇੜੇ ਸਥਿਤ ਟੋਬੇ ਦੇ ਆਲੇ ਦੁਆਲੇ ਖੇਤਰ ਦੇ ਵਿੱਚ ਬਣਾਇਆ ਜਾਵੇਗਾ ਤੇ ਪਾਰਕ ਜਿਹੜਾ ਇਸ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵੀ ਜ਼ਿਆਦਾ ਵਧਾਵੇਗਾ ਪਰ ਇਸ ਦੇ ਨਾਲ ਹੀ ਸਾਧੂ ਸਿੰਘ ਧਰਮਸੋਤ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਕੋਈ ਬੰਦਾ ਤੇ ਕੁੱਤਾ ਇਸ ਪਾਰਕ ਵਿੱਚ ਨਹੀਂ ਵੜਨ ਦੇਵਾਂਗੇ ਜਿਸ ਤੋਂ ਬਾਅਦ ਲੋਕਾਂ ਨੇ ਕੈਬਨਿਟ ਮੰਤਰੀ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੁਸੀਂ ਅੰਦਰ ਆਉਣ ਹੀ ਨਹੀਂ ਦੇਣਾ ਤਾਂ ਤੁਸੀਂ ਪਾਰਕ ਕਿਸ ਲਈ ਬਣਾ ਰਹੇ ਹੋ ਇਸ ਦੇ ਨਾਲ ਨਾਲ ਮੰਤਰੀ ਵੱਲੋਂ ਇਹ ਵੀ ਜਦੋਂ ਕਿਹਾ ਗਿਆ ਕਿ 1.5 ਕਰੋੜ ਦੀ ਲਾਗਤ ਦੇ ਨਾਲ ਉਹਨਾਂ ਨੇ ਦੋ ਵਾਰ ਹਾਈਲਾਈਟ ਕਰਕੇ ਬੋਲਿਆ ਕਿ 1.5 ਕਰੋੜ ਦੀ ਲਾਗਤ ਦੇ ਨਾਲ ਇਹ ਪਾਰਕ ਬਣਨ ਜਾ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਮੰਤਰੀ ਸਾਹਿਬ ਨੂੰ ਘੇਰਨਾ ਸ਼ੁਰੂ ਕੀਤਾ ਤੇ ਇਹ ਸਵਾਲ ਪੁੱਛੇ ਨੇ ਕਿ ਮੰਤਰੀ ਸਾਹਿਬ ਤੁਸੀਂ 1.5 ਕਰੋੜ ਦੀ ਲਾਗਤ ਨੂੰ ਬੜਾ ਵਖਿਆਨ ਕਰ ਰਹੇ ਹੋ ਬੜਾ ਹਾਈਲਾਈਟ ਕਰ ਰਹੇ ਹੋ ਪਰ ਸੋਚਿਆ ਜਾਵੇ ਤਾਂ ਜਨਤਾ ਦੇ ਪੈਸਿਆਂ ਦਾ ਹੀ ਜਨਤਾ ਤੇ ਵਿਕਾਸ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਦੇ ਖਜ਼ਾਨੇ ਤਾਂ ਹੀ ਭਰਦੇ ਹਨ ਜੋ ਜਨਤਾ ਟੈਕਸ ਭਰਦੀ ਹੈ ਤੇ ਜੇ ਜਨਤਾ ਟੈਕਸ ਭਰ ਰਹੀ ਹੈ ਤਾਂ ਹੀ ਖਜ਼ਾਨਾ ਭਰਿਆ ਤਾਂ ਹੀ ਤੁਸੀਂ ਵਿਕਾਸ ਤੇ ਪੈਸੇ ਲਗਾ ਰਹੇ ਹੋ ਸੋ ਜਨਤਾ ਦਾ ਪੈਸਾ ਜਨਤਾ ਦੇ ਹੀ ਲੱਗ ਰਿਹਾ ਇਸ ਦੇ ਵਿੱਚ ਮੰਤਰੀ ਸਾਹਿਬ ਇੰਨੀ ਉੱਚੀ ਤਰੀਕੇ ਨਾਲ ਜਿਹੜੇ ਕਹਿ ਰਹੇ ਨੇ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਪਾਰਕ ਇਹ ਵਿਵਾਦ ਜਿਹੜਾ ਉਹਨਾਂ ਦੇ ਨਾਲ ਹੁਣ ਜੁੜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲੋਕ ਲਗਾਤਾਰ ਮੰਤਰੀ ਸਾਹਿਬ ਤੋਂ सवाल पूछ रहे ने जिन्हां दा जवाब शायद मंत्री साहब दे कोल नहीं होवेगा बंदा कोई ना अंदर वड़ सकदा मैं कहना शहर आपां इक गेट इक बनाउणा कोई अंदर कुत्ता बंदा कोई ना अंदर वड़ सकदा मैं कहना शहर आपां इक गेट इक बनाउणा 1.5 करोड़ रुपया ला रहे असीं इस पार्क दे
ਮੈਂ ਹੁਣੇ ਡੀਐਫਓ ਸਾਹਿਬ ਨੂੰ ਪੁੱਛਿਆ ਕਿੰਨਾ ਇਹਦਾ ਬਜਟ ਹੈ, ਕਹਿੰਦੇ 1.5 ਕਰੋੜ ਰੁਪਈਆ ਦੇ। ਕੋਈ ਅੰਦਰ ਕੁੱਤਾ ਬੰਦਾ ਕੋਈ ਨਾ ਅੰਦਰ ਵੜ ਸਕਦਾ। ਮੈਂ ਕਹਿੰਦਾ ਸਹਿਰ ਆਪਾਂ ਖੇਤ ਇੱਕ ਬਣਾਉਣਾ। ਕੋਈ ਅੰਦਰ ਕੁੱਤਾ ਬੰਦਾ ਕੋਈ ਨਾ ਅੰਦਰ ਵੜ ਸਕਦਾ। ਮੈਂ ਕਹਿੰਦਾ ਸਹਿਰ ਆਪਾਂ ਖੇਤ ਇੱਕ ਬਣਾਉਣਾ। 1.5 ਕਰੋੜ ਰੁਪਈਆ ਲਾ ਰਹੇ ਅਸੀਂ ਇਸ ਪਾਰਕ ਦੇ। ਮੈਂ ਹੁਣੇ ਡੀਐਫਓ ਸਾਹਿਬ ਨੂੰ ਪੁੱਛਿਆ ਕਿੰਨਾ ਇਹਦਾ ਬਜਟ ਹੈ, ਕਹਿੰਦੇ 1.5